ਗਾਂਧੀ 3 ਯਾਰਾਂ ਦਾ ਯਾਰ ਫਿਲਮ ਦੇ ਨਵੇਂ ਰਿਲੀਜ਼ ਹੋਏ ਗੀਤ ਵੈਲੀਆਂ ਨੂੰ ਠੋਕੇ ਨੂੰ ਮਿਲ ਰਿਹਾ ਹੈ ਪਰਮਾ ਹੰਗਾਰਾ ਜੀ ਹਾਂ ਦਰਸ਼ਕਾਂ ਦੇ ਲਈ ਰੀਸੈਂਟਲੀ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਕੱਲ੍ਹ ਯਾਨਕੀ 25 ਅਗਸਤ ਨੂੰ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਤੇ ਹੁਣ ਤੱਕ ਇਸ ਗੀਤ ਨੂੰ ਦਰਸ਼ਕਾਂ ਨੇ ਕਾਫੀ ਸਾਰੇ ਵੀوز ਵੀ ਦਿੱਤੇ ਨੇ ਤੇ ਕਾਫੀ ਪੋਜ਼ਿਟਿਵ ਕਮੈਂਟਸ ਵੀ ਵੇਖਣ ਨੂੰ ਮਿਲ ਰਹੇ ਨੇ ਇਸ ਗੀਤ ਨੂੰ ਦਰਸ਼ਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਤੇ ਦੱਸ ਦਈਏ ਕਿ ਇਸ ਗੀਤ ਦੇ ਲਈ ਦਰਸ਼ਕ ਕਾਫੀ ਜ਼ਿਆਦਾ ਐਕਸਾਈਟਡ ਵੀ ਨੇ ਦੱਸਦੀ ਹੈ ਕਿ ਇਸ ਗੀਤ ਨੂੰ ਲੋਕ ਕਾਫੀ ਜ਼ਿਆਦਾ ਸ਼ੇਅਰ ਵੀ ਕਰ ਰਹੇ ਨੇ ਇਹ ਗੀਤ ਗਾਂਦੀ 3 ਯਾਰਾਂ ਦਾ ਯਾਰ ਫਿਲਮ ਦਾ ਚੌਥਾ ਗੀਤ ਹੈ ਇਸ ਤੋਂ ਪਹਿਲਾਂ ਫਿਲਮ ਦੇ ਤਿੰਨ ਗੀਤ ਰਿਲੀਜ਼ ਹੋ ਚੁੱਕੇ ਨੇ ਫਿਲਮ ਦਾ ਗੀਤ ਗੁੰਡਾ ਟੱਚ ਚੰਨ ਤੇ ਫੋਰਡ ਗੀਤ ਰਿਲੀਜ਼ ਹੋਇਆ ਇਹ ਚੌਥਾ ਗੀਤ ਹੈ ਜਿਸ ਦਾ ਨਾਮ ਹੈ ਵੈਲੀਆਂ ਨੂੰ ਠੋਕ ਕੇ ਇਸ ਗੀਤ ਨੂੰ ਰੀਸੈਂਟਲੀ ਰਿਲੀਜ਼ ਕੀਤਾ ਗਿਆ ਤੇ ਦੇਵ ਖਰੋੜ ਦੇ ਦਰਸ਼ਕਾਂ ਦੇ ਵੱਲੋਂ ਉਹਨਾਂ ਦੇ ਫੈਨਸ ਦੇ ਵੱਲੋਂ ਇਸ ਗੀਤ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਦਰਸ਼ਕਾਂ ਦਾ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਇਸ ਗੀਤ ਨੂੰ ਦੱਸਦੀ ਹੈ ਕਿ ਇਸ ਗੀਤ ਦੇ ਲਈ ਦਰਸ਼ਕ ਕਾਫੀ ਸਦਾ ਐਕਸਾਈਟਡ ਹਨ ਫਾਈਨਲੀ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਰਿਲੀਜ਼ ਹੋ ਚੁੱਕਿਆ ਹੈ ਦੇਵ ਕਰੋੜ ਦੀ ਫਿਲਮ ਦਾ ਚੌਥਾ ਗੀਤ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਗੀਤ ਨੂੰ ਆਵਾਜ਼ ਵਨ ਐਂਡ ਓਨਲੀ ਵੀਤ ਬਲਜੀਤ ਨੇ ਦਿੱਤੀ ਹੈ ਸੋ ਵੀਤ ਬਲਜੀਤ ਦੀ ਆਵਾਜ਼ ਦੇ ਵਿੱਚ ਰਿਲੀਜ਼ ਹੋਇਆ ਹੈ ਗੀਤ ਵੈਲੀਆਂ ਨੂੰ ਠੋਕ ਕੇ ਜਿਸ ਨੂੰ ਕਿ ਦਰਸ਼ਕ ਕਾਫੀ ਪਿਆਰ ਦੇ ਰਹੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਇਸ ਗੀਤ ਦੇ ਵਿੱਚ ਫੀਮੇਲ ਵੋਕਲਸ ਨੇ ਗੁਰਲੇਜ਼ ਅਖਤਰ ਦੀਆਂ ਯਾਨਕੀ ਇਹ ਵੀਤ ਬਲਜੀਤ ਤੇ ਗੁਰਲੇਜ਼ ਬੇਜ਼ਖਤਰ ਦਾ ਦੁਇਟ ਗੀਤ ਹੈ ਜਿਸ ਦੇ ਲਿਰਿਕਸ ਨੂੰ ਵੀ ਵੀਤ ਬਲਜੀਤ ਨੇ ਖੁਦ ਹੀ ਲਿਖਿਆ ਹੈ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਇਹ ਵੀ ਕਮੈਂਟ ਏਰੀਆ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਆਉਣ ਵਾਲੇ ਕੁਝ ਦਿਨਾਂ ਤੱਕ ਇਹ ਫਿਲਮ ਵੀ ਰਿਲੀਜ਼ ਹੋ ਜਾਣੀ ਹੈ ਇਸ ਫਿਲਮ ਦੇ ਰਿਲੀਜ਼ ਹੋਣ ਲਈ ਸਿਰਫ 3 ਦਿਨ ਬਾਕੀ ਰਹਿ ਗਏ ਨੇ 3 ਅਗਸਤ 2024 ਯਾਨੀ ਕਿ ਇਸੇ ਮਹੀਨੇ 3 ਤਰੀਕ ਨੂੰ ਫਿਲਮ ਸਿਨੇਮਾ ਕਰਾਂ ਦੇ ਵਿੱਚ ਦਸਤਕ ਦੇਣ ਵਾਲੀ ਹੈ ਦੇਵ ਖਰੋੜ ਇਸ ਫਿਲਮ ਦੇ ਵਿੱਚ ਇੱਕ ਵਾਰ ਫਿਰ ਤੋਂ ਗਾਂਦੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਉਣਗੇ। 사실 ਇਹ ਕਿ ਇਸ ਫਿਲਮ ਦੇ ਵਿੱਚ ਦੇਵ ਕਰੋੜ, ਲਕੀ tailed ਵਾਲ, ਨਵਦੀਪ ਕਲੇਰ, ਕਰਮਜੀਤ ਬਰਾੜ, ਅਦਿੱਤੀ ਆਰਿਆ, ਜਿੰਮੀ ਸ਼ਰਮਾ, ਤਨਵੀਰ ਸਿੰਘ, ਬਾਬਰ ਖਾਨ ਵਰਗੇ ਕਈ ਸਾਰੇ ਆਰਟਿਸਟ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣ ਵਾਲੇ ਨੇ। ਮਨਦੀਪ ਬੈਣੀਪਾਲ ਵੱਲੋਂ ਡਾਇਰੈਕਟ ਕੀਤੀ ਗਈ ਇਸ ਫਿਲਮ ਨੂੰ ਜਲਦੀ ਹੀ ਰਿਲੀਜ਼ ਕਰ ਦਿੱਤਾ ਜਾਣਾ ਹੈ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਰਵਨੀਤ ਕੌਰ ਚਾਹਲ, ਰਜੇਸ਼ ਕੁਮਾਰ ਅਰੋੜਾ ਐਂਡ ਆਸ਼ੂ ਮਨੀਸ਼ ਸਾਹਨੀ ਦੇ ਵੱਲੋਂ ਪਿਆਨ ਕੀ ਗਾਂਦੀ 3 ਯਾਰਾਂ ਦਾ ਯਾਰ ਫਿਲਮ ਨੂੰ ਪ੍ਰੋਸ ਪ੍ਰੈਜ਼ੈਂਟ ਕਰ ਰਹੇ ਨੇ ਡ੍ਰੀਮ ਰਿਐਲਿਟੀ ਮੂਵੀਜ਼ ਰਵਨੀਤ ਚਾਹਲ ਐਂਡ ਓਮਜੀ ਸਿਨੇ ਵਰਲਡ ਡ੍ਰੀਮ ਰਿਐਲਿਟੀ ਮੂਵੀਜ਼ ਰਵਨੀਤ ਚਾਹਲ ਐਂਡ ਓਮਜੀ ਸਿਨੇ ਵਰਲਡ ਦੇ ਬੈਨਰ ਹੇਠ 30 ਅਗਸਤ 2024 ਯਾਨੀ ਇਸ ਮਹੀਨੇ ਦੀ ਤਰੀਕ ਨੂੰ ਸਿਨੇਮਾ ਘਰਾਂ 'ਚ ਦਸਤਕ ਦੇ ਰਹੀ ਹੈ ਫਿਲਮ ਗਾਂਧੀ 3 ਯਾਰਾਂ ਦਾ ਯਾਰ ਕਿੰਨੇ ਐਕਸਾਈਟਿਡ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਇਸ ਤੋਂ ਇਲਾਵਾ ਹਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ